ਬੜਾ ਸੋਹਣਾ ਅਮਲ ਕਮਾਇਆ, ਐਵੇਂ ਘਰ ਦਿਆਂ ਨਾਲ ਭੁਲੇਖੇ ਬਾਬਾ ਮੇਰਾ ਸੋਹਣੀ ਨਾਮ ਤਰਾਇਆ। ਮੈਂ ਘਬਿਆਰੀ ਮੇਰੀ ਜ਼ਾਤ ਸ਼ਿਕਾਰੀ ਕਿਆ ਬੋਝ ਮੇਰੇ ਸਿਰ ਪਾਇਆ, ਸਰਦਾਰ ਮੁਗਲ ਦੀ ਕਰਮ ਨਵਾਜ਼ੀ ਜਿਸ ਮੈਂ ਜਈ ਨੂੰ ਬਣ ਰਿਹਾ। ਅਲੀ ਬੇਗ ਨੂੰ ਕੁਦਰਤ ਦੀ ਜ਼ਾਤ ਨੇ ਬੱਚਾ ਅਦਾ ਕੀਤਾ, ਉਹਦਾ ਨਾਮ ਰੱਖਿਆ ਗਿਆ ਇੱਜ਼ਤ ਬੇਗ। ਬੜੀ ਮੁੱਦਤ ਬਾਅਦ ਉਹ ਜਵਾਨ ਹੋਇਆ ਤੇ ਇੱਕ ਦਿਨ ਆਪਣੇ ਬਾਪ ਨਾਲ ਗੱਲ ਕਰਦਾ, ਸ਼ਹਿਨਸ਼ਾਹ ਮੇਰਾ ਦਿਲ ਕਰਦਾ ਮੈਂ ਪੰਜਾਬ ਦੀ ਸੈਰ ਕਰਾਂ। ਇੱਜ਼ਤ ਬੇਗ ਯਾਰਾਂ ਦੋਸਤਾਂ ਨੂੰ ਨਾਲ ਲੈ ਕੇ ਲਾਹੌਰ ਦਾਤਾ ਦੂਰ ਸਲਾਮ ਕੀਤਾ, ਗੱਡੀ ਵਿੱਚ ਬਹਿ ਗਏ, ਸਲਾਈ ਕਰਦੇ ਆ ਗਏ ਵਜ਼ੀਰਾਬਾਦ ਆ ਗਿਆ, ਦੋ ਚਾਰ ਕਦਮ ਅੱਗੇ ਹੋਏ ਤੇ ਦਰਿਆ ਚ ਨਹਾਉਣ ਦਾ ਖੰਡਾ ਆ ਗਿਆ। ਇੱਜ਼ਤ ਬੇਗ ਆਖਦਾ, ਯਾਰ ਮੈਨੂੰ ਇੰਜ ਸਹੀ ਹੁੰਦਾ ਜੀ ਆਸ਼ਕਾਂ ਦੇ ਫਕੀਰਾਂ ਦੀ ਖੁਸ਼ਬੂ ਹੋਣ ਲੱਗ ਪਈ ਹੈ, ਮੇਰਾ ਦਿਲ ਕਰਦਾ ਦਰਿਆ ਚ ਨਹਾ ਦੇ ਕੰਢੇ ਤੇ ਰਾਤ ਗੁਜ਼ਾਰੀਏ। ਤੰਬੂ ਲਾ ਦਿੱਤੇ ਨੇ, ਰਾਤ ਨੂੰ ਖਾਣੇ ਪੱਕੇ ਨੇ, ਮਿੱਠੀ ਨੀਂਦ ਸਦਾਦਾ ਸੌ ਗਿਆ। ਰਾਤ ਨੂੰ ਤਿੰਨ ਖਾਬਾਂ ਸਦਾਦੇ ਨੂੰ ਆਈਆਂ, ਸੁਬਹਾ ਵੇਲੇ ਉੱਠਿਆ ਤੇ ਦੂਜਿਆਂ ਨਾਲ ਦੀਆਂ ਸੰਗੀਆਂ ਨੂੰ ਆਂਦਾ, ਯਾਰ ਚੰਗਾ ਕਰੋ ਤੇ ਮੈਨੂੰ ਵਾਪਸ ਲੈ ਚਲੋ, ਮੈਨੂੰ ਬੜੀ ਮੰਦੀ ਖਾਬ ਆਈ। ਨਾਲ ਦੇ ਗੁਲਾਮ ਆਂਦੇ ਨੇ, ਕਿਹੜੀ ਖਾਬ ਆਈ ਆ ਤੇ ਕੀ ਆਂਦਾ? ਆਂਦਾ ਮੇਰੇ ਗਲ ਵਿੱਚ ਅਲਫੀਏ
सामने शहर की रात नजर आंदा है मेरा दिल करता मैं उतो कोई सोफा खरीद के लियावा ओ गुलाम फिरदा फिरदा उस बाबे थोड़े दी दुकान ते आया ओथे वेखदा सोनी दुकान बनी प्यारे बर्तन बने ते बाबे चुल्हे दी गुलाम तारीफ करदा है ते केड़ी करदा है
ਦੋ ਚਾਰ ਬਰਤਨ ਜ਼ਰੂਰ ਲੈਣੇ ਨੇ ਪਰ ਤੁਹਾਡੇ ਕੋਲ ਨਹੀਂ ਲੈਣੇ, ਦੁਕਾਨ ਦੇ ਮਾਲਕਾਂ ਕੋਲ ਲੈਣੇ ਨੇ। ਤੇ ਬਾਬਾ ਉੱਥੇ ਥੋੜ੍ਹੀ ਜਿਹੀ ਆਵਾਜ਼ ਮਾਰਦਾ ਕੀ ਆਉਂਦਾ, ਬਾਬਾ ਜੀ ਇਹਨੂੰ ਅੱਗੇ ਵੀ ਕਦੇ ਕਦੇ ਕਸਰ ਹੋ ਜਾਂਦੀ ਹੈ।